ਸੰਦੋਸਤੋ ਭਾਰਤੀ ਮੌਸਮੀ ਭਾਗ ਦੀ ਸਥਿਤੀ ਦੇ ਨਾਲ ਆਪਾਂ ਜਿਹੜਾ ਸਮੁੰਦਰੀ ਤੂਫਾਨ ਜਿਹੜਾ ਕਰਬ ਸਾਗਰ ਦੇ ਵਿੱਚ ਆਇਆ ਹੋਇਆ ਬਿਪੋਰ ਜਵਾਏ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਬਾਰੇ ਹੁਣ ਕਾਫੀ ਕੁਝ ਕਲੀਅਰ ਹੋ ਚੁੱਕਾ ਹੈ ਤਾਂ ਮੈਂ ਹ ਕੁਲਦੀਪ ਸਿੰਘ ਸ਼ੇਰਗੋਮਰਖਾਈ ਫਤਿਹ ਸਿੰਘ ਪੋਣੇ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਦੀ ਖਤੇ ਦੋਸਤੋ ਇਸ ਦੇ ਉੱਪਰ ਭਾਰਤੀ ਮੌਸਮੀ ਭਾਗ ਨੇ ਅੱਜ ਜੋ ਸਵੇਰੇ 5:30 ਵਜੇ ਬਲੀਟਨ ਜਾਰੀ ਕੀਤਾ 12 ਤਰੀਕ ਨੂੰ ਤਾਂ ਇਹ ਨਾ ਇਹ ਬਲੀਟਨ ਨੰਬਰ 47 ਹੈ ਆਪਾਂ ਜਿਵੇਂ ਕਿ ਪਹਿਲਾਂ ਦੇਖਿਆ ਕਿ ਸਭ ਤੋਂ ਪਹਿਲਾਂ ਐਸਡੀਸ ਸਭਾਵਨਾ ਸੀ ਕਿ ਇਹ ਉਮਾਨ ਜਾਏਗਾ ਫਿਰ ਮਸਕਟ ਫਿਰ ਇਹ ਈਰਾਨ ਵਾਲੇ ਪਾਸੇ ਜਾਂ ਗਵਾਦਰ ਫਿਰ ਹੌਲੀ 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 ਇਹ ਪੂਰ ਵਾਲੇ ਪਾਸੇ ਜਾਂਦਾ ਗਿਆ ਕਰਾਚੀ ਤੇ ਵਿੰਡੀ ਟੀਵੀ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਇਹਦੀ ਜ਼ਿਆਦਾ ਸੰਭਾਵਨਾ ਹੈਗੀ ਹੈ ਕਿ ਉੱਤਰੀ ਗੁਜਰਾਤ ਤੋਂ ਅੰਦਰ ਐਂਟਰ ਕਰੇਗਾ ਤਾਂ ਇਸ ਸਮੇਂ ਜੋ ਭਾਰਤੀ ਮੌਸਮੀ ਪਾਕ ਹੈ ਇਹਨਾਂ ਨੇ ਵੀ ਇਹ ਕਲੀਅਰ ਕਰ ਦਿੱਤਾ ਹੈ ਕਿ ਇਹ ਜਿਹੜਾ ਤੂਫਾਨ ਹੈਗਾ ਇਹ 15 ਜੂਨ 2023 ਨੂੰ ਦੁਪਹਿਰ ਦੇ ਸਮੇਂ ਲੈਂਡਫਾਲ ਕਰੇਗਾ ਇਹ ਲੈਂਡਫਾਲ ਕਰੇਗਾ ਮਾਂਡਵੀ ਗੁਜਰਾਤ ਤੇ ਕਰਾਚੀ ਪਾਕਿਸਤਾਨ ਦੇ ਵਿਚਾਲੇ ਕਿਤੇ ਠੀਕ ਹੈ ਤੇ ਪਹਿਲਾਂ ਸੰਭਾਵਨਾ ਇਹ ਸੀ ਕਿ ਕਿਉਂਕਿ ਉੱਪਰੋਂ ਲੰਬਾ ਜਾ ਰਿਹਾ ਸੀਗਾ ਕਿ ਲੈਂਡਫਾਲ 16 ਨੂੰ ਕਰਨਾ ਸੀ ਕਿਉਂਕਿ ਲੈਂਡਫਾਲ ਪਹਿਲਾਂ ਕਰ ਰਿਹਾ ਤਾਂ ਲੈਂਡਫਾਲ 15 ਨੂੰ ਹੋ ਰਿਹਾ ਤਾਂ 15 ਨੂੰ ਫੇਰ ਦੇਖਿਆ ਵੈਰੀ ਸੀਵੀਅਸ ਸਾਈਕਲੋਨਿਕ ਸਟਾਰਮ ਦੇ ਰੂਪ ਦੇ ਵਿੱਚ ਲੈਂਡਫਾਲ ਕਰੇਗਾ ਤਾਂ ਉਸ ਸਮੇਂ ਇਹ ਜਿਹੜੀ ਸਪੀਡ ਹੈ 125 ਤੋਂ 135 ਕਿਲੋਮੀਟਰ ਪ੍ਰਤੀ ਘੰਟਾ ਹੋਏਗੀ ਤੇ ਕੋਸ਼ ਜਗ੍ਹਾ ਤੇ ਹਵਾ ਦੇ ਬੁੱਲੇ 150 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇ ਵਿੱਚ ਲੰਗੇ ਜੇਕਰ ਤੁਸੀਂ ਮੌਜੂਦਾ ਦੀ ਸਥਿਤੀ ਦੇਖ ਰਹੇ ਹੋ ਤਾਂ ਇਸ ਸਮੇਂ ਇਹ ਕਰਾਚੀ ਪਾਕਿਸਤਾਨ ਤੋਂ 660 ਕਿਲੋਮੀਟਰ ਦੂਰ ਹੈ ਦਵਾਰਕਾ ਤੋਂ ਜਿਹੜਾ ਹੈਗਾ ਇਹ 400 ਕਿਲੋਮੀਟਰ ਦੂਰ ਹੈ ਤੇ ਨਲਿਆ ਤੋਂ ਜਿਹੜਾ ਹੈਗਾ 490 ਕਿਲੋਮੀਟਰ ਇਹ ਦੂਰ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੰਡਵੀ ਤੇ ਕਰਾਚੀ ਦੋਵਾਂ ਦੇ ਵਿੱਚ ਕੱਢ ਲੈ ਹਿੱਸੇ ਤੋਂ ਜਿਹੜਾ ਹੈਗਾ ਇਹ ਲੈਂਡਫਾਲ ਕਰਕੇ ਅੰਦਰ ਵਰਦਾ ਵੈਰੀ ਸੀਵੀਅਸ ਸਾਈਕਲੋਨਿਕ ਸਟਾਰਮ ਜਿਵੇਂ ਇਹ ਕਿ ਲੈਂਡਫਾਲ ਕਰਦਾ ਲੈਂਡਫਾਲ ਕਰਨ ਤੋਂ ਬਾਅਦ ਜਿਹੜੀ ਸਪੀਡ ਘਟਣੀ ਸ਼ੁਰੂ ਹੋ ਜਾਏਗੀ ਘਟਦੀ ਹੋਈ ਸਪੀਡ ਇਹ Rajasthan ਦੇ ਉੱਪਰ ਤੇ ਹੁੰਦਾ ਹੋਇਆ इवन ਕਿ Haryana ਤੇ Delhi ਦੇ ਕੁਝ ਇਸੇ ਤੱਕ ਜਾਂਦਾ ਹੋਇਆ ਇਹ ਅੱਗੇ ਜਾਏਗਾ ਪਿਛਲੇ ਸਾਲ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਸਿਸਟਮ ਇਸੇ ਤਰੀਕੇ ਦਾ ਆਇਆ ਸੀ ਜਿਹੜਾ Gujarat ਤੇ ਲੈਂਡਫਾਲ ਕੀਤਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਸੰਭਾਵਨਾ ਇਹ ਸੀ ਕਿ Delhi ਆ ਕੇ ਰੁਕੇਗਾ ਪਰੰਤੂ ਉਹ ਪਠਾਨਕੋਟ ਤੱਕ ਉਹ ਦੇ ਟ੍ਰੈਸਸ ਆਏ ਸੀਗੇ ਤਾਂ ਉਸ ਸਮੇਂ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵਰਖਾ ਹੋਈ ਸੀ ਪਿਛਲੇ ਸਾਲ ਤਾਂ ਇਸ ਸਾਲ ਹੁਣ ਇਹ ਅੱਗੇ ਕਿੱਥੋਂ ਤੱਕ ਜਾਂਦਾ ਇਹ ਉਹਨਾਂ ਦਾ ਟਾਈਮ ਦੱਸੇਗਾ ਪਰੰਤੂ ਭਾਰਤੀ ਮੌਸਮੀ ਭਾਰਤ ਤੋਂ ਪਹਿਲਾਂ ਜੇ ਅਸੀਂ ਵਿੰਡੀ ਐਪ ਦਾ ਦੇਖਦੇ ਹਾਂ ਤਾਂ ਇਹਨਾਂ ਦੇ ਅਨੁਸਾਰ ਗੁਜਰਾਤ ਤੋਂ ਜਿਸ ਸਮੇਂ ਇਹ ਲੈਂਡਫਾਲ ਕਰਦਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਰਾਜਸਥਾਨ ਦੇ ਵਿੱਚ ਨਹੀਂ ਹੁੰਦਾ ਹੋਇਆ ਇਹ ਤੁਸੀਂ ਦੇਖੋ ਕਿ ਇਸ ਜਗ੍ਹਾ ਪਹੁੰਚਦਾ ਹੈ ਇਸ ਤੋਂ ਅੱਗੇ ਜਦੋਂ 17 ਤੋਂ 18 ਦੇ ਵਿਚਾਲੇ ਜਾਂਦਾ ਤਾਂ ਇਹ ਜਿਹੜਾ ਹੈਗਾ ਜੋਧਪੁਰ ਦੇ ਨੇੜੇ ਕਿਤੇ ਜਿਹੜਾ ਹੈਗਾ ਹੋਏਗਾ ਤੇਜ਼ ਵਰਖਾ ਕਰੇਗਾ ਤੇਜ਼ ਹਵਾ ਚਲੇਗੀ ਜੇਸੀਂ 18 ਤੋਂ 19 ਦੇ ਵਿਚਾਲੇ ਦੇਖਦੇ ਹਾਂ ਤਾਂ ਇਹਦੇ ਜਿਹੜੇ ਟ੍ਰੈਸੇਸ ਹੈਗੇ ਆ ਅੱਗੇ ਨੂੰ ਵੱਧਦੇ ਆ ਤੇ ਇਹ ਜਿਹੜਾ ਹੈਗਾ ਕੇਵਲ ਤੇ ਕੇਵਲ ਅੱਗੇ ਸਾਈਕਲੋਨਿਕ ਸਰਕੂਲੇਸ਼ਨ ਇਹ ਬਣ ਕੇ ਰਹਿ ਜਾਂਦਾ ਹੈ ਤਾਂ ਜਿਹੜੀ ਸਰਕੂਲੇਸ਼ਨ ਹੈਗੀ ਆ ਇਹ ਏਰੀਆ ਨੂੰ ਪ੍ਰਭਾਵਿਤ ਕਰਦੀ ਹੈ ਕੁਝ ਮਾਡਲ ਇਸ ਨੂੰ ਦਿਖਾ ਰਹੇ ਜਿਸ ਤਰ੍ਹਾਂ ਕਿ ਦੇਖੋ ਕਿਹੜੀ ਜਗ੍ਹਾ ਤੋਂ ਦਿੱਲੀ ਵਾਲੇ ਪਾਸੇ ਨੂੰ ਵੱਧ ਰਿਹਾ ਹੈ ਤਾਂ ਕੁਝ ਮਾਡਲ ਇਹ ਸ਼ੋ ਕਰਦੇ ਆ ਕਿ ਜਿਸ ਸਮੇਂ ਇਹ ਜਿਹੜਾ ਹੈਗਾ 18 ਤਰੀਕ ਦੇ ਨੇੜੇ ਜਾਏਗਾ ਤਾਂ ਇਹ ਆਹ ਜੈਸਲਮੇਰ बीकानेर ਗੰਗानगर ਤਾਂ ਆ ਸਾਰਾ ਏਰੀਆ ਜਿਹੜਾ ਹੈਗਾ ਪੱਛਮੀ ਆਪਣਾ ਰਾਜਸਥਾਨ ਦਾ ਕਵਰ ਕਰਦਾ ਹੋਇਆ ਇਸ ਤੋਂ ਅੱਗੇ ਇਹ ਵਧੇਗਾ ਆਪਣਾ ਹਰਿਆਣੇ ਦੇ ਬਾਰਡਰ ਦੇ ਉੱਤੇ ਤੇ 19 ਤਰੀਕ ਨੂੰ ਤੇ ਕੁਝ ਮਾਡਲ ਨਾਲ ਇਹ ਵੀ ਸ਼ੋਅ ਕਰ ਰਿਹਾ ਹੈ ਕਿ ਇਹ ਜਿਹੜਾ ਹੈਗਾ ਅੱਗੇ ਦਿੱਲੀ ਤੇ ਕਾਰਵਾਈ ਕਰਦਾ ਹੋਇਆ 20 ਤਰੀਕ ਨੂੰ ਜਿਹੜਾ ਹੈਗਾ ਯੂਪੀ ਦਾ ਕੁਝ ਏਰੀਆ ਇਸ ਚਾਂਸੀ ਅਲੀਗੜ ਵਗੈਰਾ ਇਸ ਏਰੀਆ ਦੇ ਉੱਪਰ ਵੀ ਆਪਣਾ ਪ੍ਰਭਾਵ ਪਾਏਗਾ ਪਰੰਤੂ ਜਿਸ ਹਾਵ ਦੇ ਨਾਲ ਇਹਦਾ ਟਰੈਕ ਰਿਹਾ ਹੈ ਤੇ ਜਿਸ ਤਰੀਕੇ ਦੇ ਨਾਲ ਵੱਖ-ਵੱਖ ਏਜੰਸੀਆਂ ਨੇ ਇਹਦੇ ਟੇਵੇ ਲਾਏ ਹੈ ਔਰ ਲਗਭਗ ਹੁਣ ਤੱਕ ਸਾਰੇ ਦੇ ਸਾਰੇ ਚੇਂਜ ਹੁੰਦੇ ਆਏ ਆ ਜਾਂ ਇਹ ਕਹਿ ਲਈਏ ਕਿ ਸਾਰੇ ਸਾਰੇ ਫੇਲ ਹੁੰਦੇ ਆਏ ਆ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਕਾਰਨ ਭਾਵੇਂ ਉਹਦੇ ਕਈ ਸਾਰੇ ਕਾਰਨ ਰਏ ਆ ਐਮ ਜੀ ਉਹ ਵੀ ਇੱਥੇ ਹੈਗਾ ਜਿਹੜਾ ਟੈਂਪਰੇਚਰ ਵੀ ਹੈਗਾ ਵੈਂਡ ਸ਼ੀਅਰ ਦਾ ਕਾਰਨ ਵੀ ਹੈਗਾ ਜਿਹੜੀਆਂ ਟਰੈਡ ਹਵਾਵਾਂ ਹੈਗੀਆਂ ਹਨਾ ਤੇ ਉਹਨਾਂ ਦਾ ਵੀ ਸਿਸਟਮ ਹੈਗਾ ਤਾਂ ਕਈ ਸਾਰੀਆਂ ਚੀਜ਼ਾਂ ਸੀਆਂ ਜਿਹੜੀਆਂ ਇਹਦੀ ਗਤੀ ਨੂੰ ਪ੍ਰਭਾਵਿਤ ਕਰ ਰਹੀਆਂ ਸੀ ਜਿਹਦੇ ਕਰਕੇ ਅਰਕ ਵੱਖ-ਵੱਖ ਏਜੰਸੀਆਂ ਵੱਲੋਂ ਇਹਦਾ ਜੋ ਵੀ ਦਿਸ਼ਾ ਸੀਗੀ ਉਹਦਾ ਸਹੀ ਜਿਹੜਾ ਹੈਗਾ ਅੰਕਲਨ ਨਹੀਂ ਕੀਤਾ ਜਾ ਸਕਿਆ ਤੇ ਜਾਨਾ-ਜਾਨਾ ਚੇਂਜ ਹੁੰਦਾ ਆ ਤਾਂ ਉਸੇ ਹਿਸਾਬ ਦੇ ਨਾਲ ਹੁਣ ਇਹ ਸਿਸਟਮ ਜਿਹੜਾ ਹੈਗਾ ਇਹ ਇੱਥੋਂ ਵੱਢ ਕੇ ਰਾਜਸਥਾਨ ਨੂੰ ਪ੍ਰਭਾਵਿਤ ਕਰਦਾ ਹੋਇਆ ਪੰਜਾਬ ਦਾ ਕੁਝ ਹਿੱਸਾ ਕੁਝ ਹਰਿਆਣਾ ਦੇ ਕੋਈ ਦਿੱਲੀ ਕੋਈ ਪੱਛਮੀ ਯੂਪੀ ਰੋਜ ਵਾਸ਼ ਕਰਦਾ ਹੈ ਜਾਂ ਜਿਹੜਾ ਹੈਗਾ ਜੇ ਪਿਛਲੇ ਸਾਲ ਜੋ ਹੋਇਆ ਸੀਗਾ ਤਾਂ ਪਿਛਲੇ ਸਾਲ ਇੱਥੋਂ ਐਕਸੈਸਟਮੈਂਟਰ ਹੋਇਆ ਸੀ ਐਂਟਰ ਹੋ ਕੇ ਸੰਭਾਵਨਾਏ ਸੀ ਕਿ ਉਹ ਯੂਪੀ ਇਸ ਰਾਤ ਤੇ ਆ ਕੇ ਰੁਕ ਜਾਏਗਾ ਲੇਕਿਨ ਉਸ ਤੋਂ ਬਾਅਦ ਜੋ ਪਠਾਨਕੋਟ ਤੱਕ ਆ ਤੇ ਪੰਜਾਬ ਦੇ ਵਿੱਚ ਉਹਨੇ ਕਾਫੀ ਜ਼ਿਆਦਾ ਵਰਖਾ ਕੀਤੀ ਤਾਂ ਫਿਰ ਭਾਵੇਂ ਕਿ ਇਹ ਜਿਹੜਾ ਸਿਸਟਮ ਹੈ ਲੈਂਡਫਾਲ ਕਰਨ ਤੋਂ ਬਾਅਦ ਕਮਜ਼ੋਰ ਹੋ ਜਾਏਗਾ ਨਾ ਕਿ ਸਾਡੀ ਤੇਰੇ ਕਰਕੇ ਢੇਰੀ ਆਏਗੀ ਨਾ ਕੋਈ ਤੂਫਾਨ ਆਏਗਾ ਪਰੰਤੂ ਜੇਕਰ ਇਹ ਸਿਸਟਮ ਦੇ ਟ੍ਰੇਸ ਸੱਗੇ ਜਾਂਦੇ ਆ ਤਾਂ ਕੁਝ ਏਸ਼ਿਆ ਦੇ ਵਿੱਚ ਚੰਗੀ ਖਾਸੀ ਵਰਖਾ ਕਰ ਸਕਦੇ ਆ ਤਾਂ ਇਹ ਜਿਵੇਂ ਆਉਣ ਵਾਲਾ ਟਾਈਮ ਆਏਗਾ ਉਸ ਦੇ ਹਿਸਾਬ ਨਾਲ ਇਹਦੇ ਬਾਰੇ ਆਪਾਂ ਵਾਕਫ ਮਾਡਲ ਕੀ ਕਹਿੰਦੇ ਆ ਉਹ ਦੱਸਣ ਦੀ ਕੋਸ਼ਿਸ਼ ਕਰਾਂਗਾ ਮੈਂ ਫਿਰ ਦੁਬਾਰਾ ਕਹਿੰਦਾ ਕਿ ਜਿੰਨੇ ਵੀ ਮਾਡਲ ਇਸ ਦੇ ਉੱਪਰ ਕੰਮ ਕਰ ਰਹੇ ਆ ਜਿੰਨੇ ਵੀ ਹੈ ਉਹ ਸਾਰਿਆਂ ਨੇ ਹਰ ਰੋਜ਼ ਆਪਣੀ ਜਿਹੜੀ ਪ੍ਰੋਡਕਸ਼ਨ ਬਦਲੀ ਸੀ ਭਾਵੇਂ ਕਿ ਦੋ ਦਿਨ ਪਹਿਲਾਂ ਤੋਂ ਮਾਨ ਲੱਗਣਾ ਸ਼ੁਰੂ ਹੋ ਗਿਆ ਸੀਗਾ ਕਿ ਇਹ ਗੁਜਰਾਤ ਤੇ ਕ੍ਰਾਚੀ ਦੇ ਉਚਾਲੇ ਹਜੇ ਕਿਤੇ ਲੈਂਡਫਾਲ ਕਰੇਗਾ ਲੇਕਿਨ ਲੈਂਡਫਾਲ ਕਰਕੇ ਜਾ ਕਿਸ ਪਾਸੇ ਨੂੰ ਰਿਹਾ ਉਹਦੇ ਬਾਰੇ ਵੀ ਹਜੇ ਤੱਕ ਅੱਗੇ ਜਿਹੜਾ ਕੁਝ ਫਾਈਨਲ ਨਹੀਂ ਹੈਗਾ ਕਿਉਂਕਿ ਤਿੰਨ ਮਾਡਲ ਮੇਰੇ ਕੋਲ ਹੈ ਤਿੰਨ ਉਹਦਾ ਰਸਤਾ ਅਲੱਗ-ਅਲੱਗ ਦਿਖਾ ਰਿਹਾ ਤਾਂ ਜਿਵੇਂ ਆਪ ਅੱਗੇ ਵਧਾਂਗੇ ਇਹ ਸਥਿਤੀ ਹੋਰ ਕਲੀਅਰ ਹੋਏਗੀ ਤਾਂ ਫਿਰ ਆਪਾਂ ਦੇਖਾਂਗੇ ਕਿ ਪੰਜਾਬ ਦੇ ਵਿੱਚ ਇਹ ਵਰਖਾ ਕਿੰਨੀ ਕੁ ਪ੍ਰਭਾਵਿਤ ਕਰਦੀ ਕਿਸ ਤਿੱਕੇ ਹਿਸਾਬ ਚੱਲਦਾ ਤਾਂ ਤਾਂ ਜਿਵੇਂ ਹੀ ਸਾਨੂੰ ਔਨ ਅ ਟਾਈਮ ਚ ਹੋਰ ਅਪਡੇਟ ਮਿਲਦੀ ਹੈ ਤੇ ਕਲੀਅਰ ਕਟ ਦਾ ਮੈਸੇਜ ਮਿਲਦਾ ਹੈ ਕਿ ਕਿੱਥੇ ਕਿੱਥੇ ਟਰੈਕ ਹੋਏਗਾ ਲੈਂਡਫਾਲ ਕਰਨ ਤੋਂ ਬਾਅਦ ਚ ਤਾਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ